हेलो स्टूडेंट्स मेरी आज की वीडियो रहेगी बीए फाइनल्स दे स्टूडेंट्स के लिए ते बीए सेकंड ईयर सेम 4 दे स्टूडेंट्स के लिए बेटा थारे था सिलेबस दे विच एसेज़ ते पैराग्राफ है ता एसेज़ ते पैराग्राफ बीए सेकंड ईयर दे, दे स्टूडेंट नु जो पैराग्राफ आन्या है वो आन्या है 7 नंबर दे ते बीए फाइनल दे स्टूडेंट नु जो एसे आन्या है वो आना है 10 ਨੰਬਰ ਦਾ ਠੀਕ ਹੈ ਜੀ ਤਾਂ ਇੰਪੋਰਟੈਂਟ ਟਾਪਿਕਸ ਜੋ ਪ੍ਰੀਵੀਅਸ ইয়ার পেਪਰਸ ਨੂੰ ਦੇਖਦੇ ਹੋਏ ਜੋ ਇੰਪੋਰਟੈਂਟ ਟਾਪਿਕਸ ਟਾਪਿਕਸ ਜੋ ਡਿਸਾਈਡ ਕੀਤੇ ਹੈ ਮੈਂ ਕੀ ਕੈਟਾਗਰੀ ਬਣਾਈ ਉਹਦੀ ਜਿਸ ਤਰ੍ਹਾਂ ਕਿ ਸੋਸ਼ਲ ਇਸ਼ੂਸ ਦੇ ਉੱਪਰ ਐਸੇ ਅ देन ਵੈਲਿਊਸ ਵੈਲਿਊ ਆਫ ਗੇਮਸ ਵੈਲਿਊ ਆਫ ਬੁక్స్ ਦੇ ਉੱਪਰ ਐਸੀ ਵਿਜ਼ਿਟ ਵਿਜ਼ਿਟ ਟੂ ਅ ਪਲੇਸ অর ਵਿਜ਼ਿਟ ਟੂ ਐਨੀ ਇਨੀ ਪਲੇਸ ਹੈ ਨਾ ਤਾਂ ਇਸ ਤਰੀਕੇ ਦੇ ਐਸੇ ਆ ਸਕਦੇ ਆ ਪਰ ਕੁਝ ਇੰਪੋਰਟੈਂਟ ਟਾਪਿਕਸ ਜਿਹੜੇ ਕੀ ਬਹੁਤ ਪ੍ਰਾਇੋਰਟੀ ਤੇ ਤੁਸੀਂ ਕਰਨੇ ਆ ਮੈਂ ਉਹਨਾਂ ਦੀ ਇੱਕ ਲਿਸਟ ਦੇ ਰਹੀ ਆ ਤਾਂ ਬੇਟਾ ਤਿਆਰ ਕਰ ਲੈਣੇ ਆ 200 ਤੋਂ 250 ਸ਼ਬਦਾਂ ਦਾ ਐਸੇ ਲਿਖਣਾ ਹੁੰਦਾ ਹੈ ਜਾਂ ਪੈਰਾਗ੍ਰਾਫ ਲਿਖਣਾ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਤੁਸੀਂ 2 ਤੋਂ 2.5 ਪੇਜ ਮਤਲਬ ਵਧੀਆ ਤਰੀਕੇ ਨਾਲ ਲਿਖਨੇ ਆ ਦ ਟਾਪਿਕਸ ਨੋਟ ਕਰ ਲੋ ਉਹਨਾਂ ਨੂੰ ਹੀ ਰਿਵਾਈਜ਼ ਕਰਨਾ ਹੈ ਤੇ ਚੰਗੀ ਤਰ੍ਹਾਂ ਕਰਨਾ ਹੈ ਕੰਪੋਜੀਸ਼ਨ ਪਾਰਟ ਹੈ ਬੇਟਾ ਕੰਪੋਜੀਸ਼ਨ ਪਾਰਟ ਹੈ ਅਦਰਵਾਈਜ਼ ਕੋਈ ਸਿਲੇਬਸ ਨਹੀਂ ਹੁੰਦਾ ਬਟ ਇਟਸ ਅ ਗੈਸ ਵਰਕ ਕਿ ਹਾਂ ਇਹ ਚੀਜ਼ ਆ ਇੰਪੋਰਟੈਂਟ ਹੈ ਇਹਦੇ ਜੋ ਆ ਜਾਣਗੇ ਨਾਉ ਲੈਟਸ ਡਿਸਕਸ ਦਾ ਇੰਪੋਰਟੈਂਟ ਟਾਪਿਕਸ ਜੋ ਇਹਦੇ ਜੋ ਆ ਸਕਦੇ ਹੈ ਡਰੱਗ ਐਡਿਕਸ਼ਨ ਡਰੱਗ ਐਡਿਕਸ਼ਨ ਮਤਲਬ ਜੋ ਡਰੱਗਸ ਦੀ ਆਦਤ ਪੈ ਜਾਂਦੀ ਹੈ ਬੱਚਿਆਂ ਨੂੰ ਸਟੂਡੈਂਟਸ ਐਂਡ ਡਰੱਗਸ ਯਾ ਡਰੱਗ ਐਡਿਕਸ਼ਨ ਯਾ ਡਰੱਗ ਡੀ ਐਡਿਕਸ਼ਨ ਯਾ ਡਰੱਗਸ ਤਾਂ ਕਿਸੇ ਤਰੀਕੇ ਵੀ ਟਾਪਿਕ ਬਣ ਕੇ ਆ ਸਕਦਾ ਹੈ ਨੈਕਸਟ ਹੈ ਡਿਜ਼ਾਸਟਰ ਮੈਨੇਜਮੈਂਟ ਡਿਜ਼ਾਸਟਰ ਮੈਨੇਜਮੈਂਟ ਡਿਜ਼ਾਸਟਰ ਮੈਨੇਜਮੈਂਟ ਹੁੰਦਾ ਹੈ ਕਿ ਤੁਹਾਡੇ ਕੋਈ ਵੀ ਤਬਾਹੀ ਤੁਹਾਡੇ ਦੇਸ਼ ਦੇ ਵਿੱਚ ਆ ਜਾਂਦੀ ਹੈ ਤਾਂ ਉਹਨੂੰ ਮੈਨੇਜ ਕਰਨ ਦੇ ਲਈ ਚਾਹੀਏ ਅਰਥਕਵੇਕ ਹੈ ਫਲਡਸ ਹੈ ਤਾਂ ਉਹਨੂੰ ਮੈਨੇਜ ਕਰਨ ਦੇ ਲਈ ਤੁਹਾਡੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਸਿਸਟਮ ਹੈ ਤਾਂ ਐਗਜ਼ਾਮਪਲਸ ਦੇ ਸਕਦੇ ਹੋ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਸਿਸਟਮ ਹੁੰਦਾ ਹੈ ਨੈਕਸਟ ਹੈ ਬੇਟਾ ਕਰਪਸ਼ਨ करप्शन या द मिनास ऑफ करप्शन या अफेक्ट्स ऑफ करप्शन ठीक है जी या करप्शन इन इंडिया तो कोई भी टॉपिक बन के आ गया सेम ही आंसर रहेगा तो करप्शन की बुराई है ना द मिनास ऑफ करप्शन नेक्स्ट है द प्रॉब्लम ऑफ ग्रोइंग पॉपुलेशन पॉपुलेशन आ गया या प्रॉब्लम ऑफ पॉपुलेशन आ गया या तो लिखोगे एस एन द नेक्स्ट है फैशन ਜਾਂ ਫੈਸ਼ਨ ਅਮੰਗ ਸਟੂਡੈਂਟਸ ਜਾਂ ਸਟੂਡੈਂਟਸ ਐਂਡ ਫੈਸ਼ਨ ਤਾਂ ਇਹ ਟੌਪਿਕ ਵੀ ਮਤਲਬ ਫੈਸ਼ਨ ਦੇ ਰਿਲੇਟਡ ਰਹੇਗਾ ਨੈਕਸਟ ਇਜ਼ ਪ੍ਰੋਬਲਮ ਆਫ ਅਨਇੰਪਲੋਇਮੈਂਟ ਦੇਖੋ ਬੜੇ ਸਾਰੇ ਸੋਸ਼ਲ ਇਸ਼ੂਜ਼ ਹੈ ਠੀਕ ਹੈ ਤਾਂ ਅਸੀਂ ਇਸ ਨੂੰ ਇਹਦੇ ਚੋਂ ਡੈਫੀਨਿਟਲੀ ਇੱਕ ਟੌਪਿਕ ਤੱਕ ਕਵਰ ਹੋ ਹੀ ਜਾਏਗਾ ਕੋਈ ਇਹਦੇ ਚ ਨਹੀਂ ਹੈ ਕਿ ਨਹੀਂ ਆਏਗਾ ਤਾਂ ਤੁਸੀਂ ਪਿਛਲੇ ਸਾਲਾਂ ਦੇ ਪੇਪਰ ਦੇਖੋਗੇ ਤਾਂ ਇਸ ਤਰ੍ਹਾਂ ਦੇ ਟੌਪਿਕ ਹੀ ਆਉਂਦੇ ਹੈ ਪ੍ਰੋਬਲਮ ਆਫ ਅਨਇੰਪਲੋਇਮੈਂਟ ਅਨਇੰਪਲੋਇਮੈਂਟ ਜਾਂ ਪ੍ਰੋਬਲਮ ਆਫ ਅਨਇੰਪਲੋਇਮੈਂਟ ਆ ਜੇ ਮੀਨਸ बेरोजगारी ठीक है जी पोल्यूशन या मैन एंड हिज एनवायरनमेंट या अफेक्ट ऑफ पोल्यूशन या टाइप्स ऑफ पोल्यूशन तो मतलब जो वातावरण प्रदूषित हो रहा है वो बारे नेक्स्ट इज़ ब्रेन ड्रेन दिस इज़ अ टर्म जिनको ध्यान में समझ लो ब्रेन ड्रेन ब्रेन ड्रेन मतलब जदों किसी किसी भी कंट्री की जो यूथ है जो पढ़िया लिखिया वर्ग है वो ड्रेन मतलब बहर जान लग है दूसरे देशों भाग दैट इज कॉल्ड ब्रेन ड्रेन जो कि इंडिया आज दे की अज के टाइम तो मेजर प्रॉब्लम है कि ब्रेन ड्रेन हो रहा है टूवर्ड्स अदर कंट्रीज तो यदा एक टॉपिक बन सकता है दैन सोशल मीडिया दिस इज ऑलसो वेरी इंपॉर्टेंट मैरिट्स एंड डीमेरिट्स सोशल मीडिया के फायदे तो नुकसान पोलिटिक्स या स्टूडेंट्स एंड पोलीटिक्स आ जाए या अफेक्ट ऑफ पॉलिटिक्स या स्टू पॉलिटिक्स एंड कॉलेज ये आज तक सेम टॉपिक ही रहेगा दैन इंटरनेट इट्स प्रोज एंड कॉन्स प्रोज एंड कॉन्स होंगे बेटा यदि पॉजिटिव एंड नैगेटिव मैरिट्स भी पॉजिटिव एंड नैगेटिव दैन वैल्यू हूँ वैल्यू ऑफ मैं इस तरह जानबूझ के पाया बेटा तुम समझाने लिए वैल्यू ऑफ किसी भी तरीके बन के आ सकता है वैल्यू ऑफ गुड मैनर्स वैल्यू ऑफ रीडिंग बुक्स वैल्यू ऑफ बुक्स वैल्यू ऑफ रीडिंग वैल्यू ऑफ गेम्स वैल्यू ऑफ डिसिप्लिन वैल्यू ऑफ हेल्थ वैल्यू ऑफ पंक्चुअलिटी ਤਾਂ ਵੈਲਿਊ ਵਾਲਾ ਟੋਪਿਕ ਬਣ ਕੇ ਕਿਸੇ ਤਰੀਕੇ ਵੀ ਬਣ ਕੇ ਆ ਸਕਦਾ ਹੈ ਠੀਕ ਹੈ ਤਾਂ ਆਈ ਥਿੰਕ ਸੋਸ਼ਲ ਟਾਪਿਕਸ ਜੋ ਹੈ ਤੁਸੀਂ ਇੱਕ ਵਾਰੀ ਪਹਿਲਾਂ ਤਿਆਰ ਕਰ ਲਓ ਚੰਗੀ ਤਰ੍ਹਾਂ ਤੇ ਇਹਦੇ ਜੋ ਇੱਕ ਤਾਂ ਇੱਕ ਕਵਰ ਹੋ ਜਾਏਗਾ ਆਦਰਵਾਇਜ਼ ਵੈਲਿਊ ਤਾਂ ਇਸ ਤੋਂ ਇਲਾਵਾ ਟੋਪਿਕ ਹੁੰਦੇ ਵਿਜ਼ਿਟ ਵਿਜ਼ਿਟ ਟੂ ਹਿਸਟੋਰੀਕਲ ਪਲੇਸ ਵਿਜ਼ਿਟ ਟੂ ਜ਼ੂ ਠੀਕ ਹੈ ਤਾਂ ਇਸ ਤਰ੍ਹਾਂ ਦਾ ਟੋਪਿਕ ਬਣ ਕੇ ਆ ਸਕਦੇ ਪਰ ਥੀਸ ਆਰ ਦਾ ਮੇਜਰ ਜੋ ਪਹਿਲਾਂ ਲਿਸਟ ਦਿੱਤੀ ਹੋਈ ਹੈ ਮੈਂ ਤਾਂ ਇਹਨੂੰ ਕਰਨਾ ਕਿਵੇਂ ਹੈ ਬੇਟਾ ਤੁਸੀਂ ਐਸੇ ਜਾਂ ਪੈਰਾਗ੍ਰਾਫ ਕੈਲਪ ਕਰਦੇ ਹੋ ਪੈਰਾਗ੍ਰਾਫ ਦੇ ਵਿੱਚ ਤੁਸੀਂ ਸਿੰਗਲ ਪੈਰਾਗ੍ਰਾਫ ਵਿੱਚ ਹੀ ਲਿਖ ਕੇ ਆਉਣਾ ਇਹਨੂੰ ਮਤਲਬ ਇਕੋ ਹੀ ਪੈਰਾ ਬਣਾਉਗੇ ਐਸੇ ਦੇ ਵਿੱਚ ਤੁਸੀਂ ਅਲੱਗ-ਅਲੱਗ ਪੈਰੇ ਬਣਾ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ मीनिंग ਲਿਖਣਾ ਜੋ ਵੀ ਟਰਮ ਆਗੇ ਚਾਹੀਏ ਉਹ ਡਰਗ ਐਡਿਕਸ਼ਨ ਹੈ ਚਾਹੀਏ ਡਿਜ਼ਾਸਟਰ ਮੈਨੇਜਮੈਂਟ ਹੈ ਚਾਹੀਏ ਕ腐ਪਸ਼ਨ ਹੈ ਚਾਹੀਏ ਪ੍ਰੋਬਲਮ ਆਫ ਗਰੋਇੰਗ ਪੋਪੂਲੇਸ਼ਨ ਮਤਲਬ ਜੋ ਵੀ ਟਾਪਿਕ ਹੈ ਤੁਸੀਂ ਹਵ ਟੂ ਰਾਈਟ ਦਾ ਮੀਨਿੰਗ ਆਫ ਦਾ ਟਰਮ ਠੀਕ ਹੈ ਤਾਂ ਫਾਰ ਐਗਜ਼ਾਮਪਲ ਮੈਂ ਕਲੈਰੀਆ ਇਥੇ ਇਗਜ਼ਾਮਪਲ ਲੈ ਰਹੀ ਐ ਥੇ ਫੈਸ਼ਨ ਅਮੰਗ ਸਟੂਡੈਂਟਸ ਤੁਸیں ਦਿਖੋਗੇ ਪਹਿਲਾ ਫੈਸ਼ਨ ਹੁੰਦਾ ਕੀ ਹੈ 왓 ਇਜ਼ ਫੈਸ਼ਨ ਹਨਾ ਤਾਂ ਸਟੂਡੈਂਟਸ ਨੂੰ ਕਿਵੇਂ ਅਫੈਕਟ ਕਰ ਰਿਹਾ ਹੈ ਅਤੇ ਇਹਦੀ ਨੈਗੇਟਿਵ ਇੰਪੈਕਟ ਦੱਸੋਗੇ ਵੀ ਕੀ ਕੀ which who has ਸਟੂਡੈਂਟਸ ਨੂੰ ਅਫੈਕਟ ਕਰ ਰਿਹਾ ਹੈ then ਅਗਲੇ ਸਟੈਜਰ ਦੇ ਵਿੱਚ ਤੁਸੀਂ ਤਾਂ ਕਿਸ ਤਰ੍ਹਾਂ ਬੈਲੈਂਸ ਕਰ ਸਕਦੇ ਸਟੂਡੈਂਟ ਸਟੂਡੈਂਟ ਫੈਸ਼ਨ ਨੂੰ ਕਿਵੇਂ ਬੈਲੈਂਸ ਕਰ ਹੋ ਸਕਦਾ ਹੈ ਤਾਂ ਕਿ ਸਟੂਡੈਂਟਸ ਦੀ ਜੋ ਫਿਊਚਰ ਦੇ ਕੈਰੀਅਰ ਤੇ ਉਹਦੀ ਐਜੂਕੇਸ਼ਨ ਤੇ ਜੋ ਅਫੈਕਟ ਨਾ ਆਏ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਲਿਖਣਾ ਹੈ ਐਵੇਂ ਸੋਸ਼ਲ ਮੀਡੀਆ ਪਹਿਲਾ ਸੋਸ਼ਲ ਮੀਡੀਆ ਦਾ मीनिंग ਉਹਦੇ ਵਿੱਚ ਕੀ ਕੀ ਇਨਵੋਲਡ ਹੈ ਉਹ ਸਭ ਲਿਖ ਦੋ ਠੀਕ ਹੈ ਦੈਨ ਫਿਰ ਅਗਲਾ ਜੋ ਪੈਰਾ ਹੈ ਜਾਂ ਇੱਕ పేਜ ਤੁਸੀਂ ਸੋਸ਼ਲ ਮੀਡੀਆ ਦੇ ਮੈਰਿਟਸ ਲਿਖ ਦੋ ਫਾਇਦੇ ਲਿਖ ਦੋ ਕਿ ਕੀ ਕੀ ਫਾਇਦੇ ਅਸੀਂ ਕੀ ਕੀ ਉਠਾ ਸਕਦੇ ਹਾਂ ਤੁਸੀਂ ਠੀਕ ਹੈ ਜੀ ਆਰਡਰ ਦਾ ਮੈਰਿਟਸ ਮਾਡਰ ਦਾ ਐਡਵਾਂਟੇਜਸ ਆਫ ਦ ਸੋਸ਼ਲ ਮੀਡੀਆ ਹਾਊ ਇਟ ਇਜ਼ ਹੈਲਪਿੰਗ ਇਨ ਐਜੂਕੇਸ਼ਨ ਐਂਟਰਟੇਨਮੈਂਟ ਅਮਿਊਜ਼ਮੈਂਟ फाइन नॉलेज गैदरिंग इनफॉर्मेटिव किस तरह है ठीक है जी देन ए नेगेटिव पॉइंट्स लिख दो हाउ इट्स अफेक्टिंग आर हेल्थ आर रिलेशनशिप्स आर एजुकेशन किस तरह अफेक्ट कर रही है वो सब लिख सकते हो देन कंक्लूडिंग स्टैस हाउ यू वी कैन बैलेंस द यूज ऑफ सोशल मीडिया इन आवर लाइफ्स ऐसा करके बनाओगे तो पैराग्राफ बहुत अच्छा थोड़ा ऐसे बहुत अच्छा बन जाएगा बेटा रीडिंग सारे ऐसे करके जाने हैं, जो ये लिस्ट है तो डेफिनेटली अच्छा तुम कर पाओगे ऑल द बेस्ट पे वैल गॉड ब्लेस यू प्लीज़ लाइक शेयर एंड कमेंट थैंक यू